ਵੈਸੇ ਪੰਜਾਬੀ 뮤직 ਇੰਡਸਟਰੀ ਦੇ ਬੜੇ ਜਾਣੇ ਪਛਾਣੇ 뮤직 ਪ੍ਰੋਡਿਊਸਰ ਨੇ ਬਹੁਤ ਸਾਰੇ ਹਿੱਟ ਗੀਤਾਂ ਦੇ ਵਿੱਚ ਇਹਨਾਂ ਨੇ 뮤직 ਦਿੱਤਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ 뮤직 ਦਿੱਤਾ ਹੋਇਆ ਸੋ ਜਿਹੜੀ ਕੇਸਰੀ ਫਿਲਮ ਆ ਬਾਲੀਵੁੱਡ ਫਿਲਮ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਗੀਤ ਨੂੰ 뮤직 ਦਿੱਤਾ ਅਤੇ ਬਹੁਤ ਹੀ ਸੋਲਫੁੱਲ ਐਂਡ ਮੀਨਿੰਗਫੁੱਲ ਗੀਤ ਹੁੰਦੇ ਨੇ ਯੂਜਲੀ ਜਿਨ੍ਹਾਂ ਦੇ ਵਿੱਚ ਇਹ 뮤직 ਦਿੰਦੇ ਨੇ ਤੁਸੀਂ 뮤직 ਦੇ ਨਾਲ ਮੈਂ ਸੁਣਿਆ ਐਕਸਪੈਰੀਮੈਂਟਸ ਵੀ ਕਾਫੀ ਕਰਦੇ ਰਹਿੰਦੇ ਹੋ ਰੀਸੈਂਟਲੀ ਸਾਲ ਦੋ ਸਾਲ ਪਹਿਲਾਂ ਇੱਕ ਵੈਬ ਸੀਰੀਜ਼ ਕੀਤੀ ਸੀ ਉਹਦਾ ਟਾਈਟਲ ਟਰੈਕ ਜਿਹੜਾ ਬਣਾਇਆ ਸੀਗਾ ਸਾਡੇ ਗਲੀ ਦੇ ਬਾਹਰ ਇੱਥੇ ਮੋਹਾਲੀ ਲੰਘ ਰਹੇ ਸੀਗੇ ਇੱਕ ਸਬਜ਼ੀ ਵੇਚਣ ਵਾਲੇ ਅੰਕਲ ਜੀ ਹਾਂਜੀ ਉਹ ਕਹਿ ਰਹੇ ਜੀ ਹਲੋ ਮਟਰ ਲੋ ਉਹ ਮੈਂ ਰਿਕਾਰਡ ਕਰ ਲਿਆ ਹਾਂਜੀ ਉਹ ਲਜ਼ੀਜ਼ ਇੱਕ ਵੈਬ ਸੀਰੀਜ਼ ਸੀ ਉਹਦਾ ਟਾਈਟਲ ਟਰੈਕ ਮੈਂ ਉਸ ਤੋਂ ਬਣਾਇਆ ਸੀਗਾ ਉਹਦੇ ਨਾਲ ਮਿਊਜ਼ਿਕ ਬਣਾ ਕੇ ਮਤਲਬ ਕਾਇੰਡ ਆਫ ਇਟ ਸਭ ਤੋਂ ਪਹਿਲਾਂ ਹੈਗੀ ਲਿਰਿਕਸ ਜੇ ਸਾਡੇ ਕੋਲ ਲਿਰਿਕਸ ਨਹੀਂ ਹੈਗੀ ਅਸੀਂ ਕੁਛ ਨਹੀਂ ਕਰ ਸਕਦੇ ਲਾਈਕ ਜੇ ਕੋਈ ਫਿਲਮ ਦੀ ਗੱਲ ਕਰੀ ਜੇ ਸਟੋਰੀ ਨਹੀਂ ਹੈਗੀ ਕੁਛ ਨਹੀਂ ਕਰ ਸਕਦੇ ਆਲਵੇਸ ਮੈਨੂੰ ਜੋ ਲੱਗਦਾ ਹੈਗਾ ਮੈਨੂੰ ਜਾਂ ਮੇਰੇ ਸਰਕਲ ਜੀ ਕਿ ਲਿਰਿਕਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲੇ ਨੰਬਰ ਤੇ ਜੀ ਸਾਡੇ ਜਿਹੜੇ ਸਪੈਸ਼ਲ ਗੈਸਟ ਨੇ ਇੰਡੀਆ ਤੋਂ ਜ਼ੂਮ ਜ਼ਰੀਏ ਸਾਨੂੰ ਇਹਨਾਂ ਨੇ ਜੁਆਇਨ ਕਰ ਲਿਆ ਹੈ ਇਹ ਵੈਸੇ ਪੰਜਾਬੀ 뮤직 ਇੰਡਸਟਰੀ ਦੇ ਬੜੇ ਜਾਣੇ ਪਛਾਣੇ 뮤직 ਪ੍ਰੋਡਿਊਸਰ ਨੇ ਬਹੁਤ ਸਾਰੇ ਹਿੱਟ ਗੀਤਾਂ ਦੇ ਵਿੱਚ ਇਹਨਾਂ ਨੇ 뮤직 ਦਿੱਤਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ 뮤직 ਦਿੱਤਾ ਹੋਇਆ ਸੋ ਜਿਹੜੀ ਕੇਸਰੀ ਫਿਲਮ ਆ ਬਾਲੀਵੁੱਡ ਫਿਲਮ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਗੀਤ ਨੂੰ 뮤직 ਦਿੱਤਾ ਅਤੇ ਬਹੁਤ ਸਾਰੇ ਹੋਰ ਕਲਾਕਾਰ ਨੇ ਜਿਵੇਂ ਅਮਰਿੰਦਰ ਗਿੱਲ ਦੇ ਗੀਤ ਹੋਏ ਦਲਜੀਤ ਦੁਸਾਂਝ ਦਾ ਗੀਤ ਆਰ ਨਾਨਕ ਪਾਰ ਨਾਨਕ ਉਹਦੇ ਵਿੱਚ ਵੀ ਇਹਨਾਂ ਨੇ 뮤직 ਦਿੱਤਾ ਸੀ ਰੱਬ ਦਾ ਬੰਦਾ ਅਹਿਮ ਦਾ ਗੀਤ ਅਤੇ ਹੋਰ ਨੂਰਾ ਸਿਸਟਰਸ ਦਾ ਜਿਹੜਾ ਬਹੁਤ ਸਾਰੇ ਹੋਰ ਗੀਤ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ 뮤직 ਦਿੱਤਾ ਅਤੇ ਬਹੁਤ ਹੀ ਸੋਲਫੁੱਲ ਐਂਡ ਮੀਨਿੰਗਫੁੱਲ ਗੀਤ ਹੁੰਦੇ ਨੇ ਯੂਜਲੀ ਜਿਨ੍ਹਾਂ ਦੇ ਵਿੱਚ ਇਹ 뮤직 ਦਿੰਦੇ ਨੇ ਅਤੇ ਫਿਊਜ਼ਨ ਐਂਡ ਫੋਕ ਦਾ ਕੋਲਾਬਰੇਟ ਕਰਨ ਵਾਲੇ ਗੁਰਮੋਹ ਇਸ ਵੇਲੇ ਇੰਡੀਆ ਤੋਂ ਸਾਡੇ ਨਾਲ ਜ਼ੂਮ ਜ਼ਰੀਏ ਜੁੜ ਚੁੱਕੇ ਨੇ ਗੁਰਮੋਹ ਜੀ ਵੈਲਕਮ ਟੂ ਮਾਈ ਸ਼ੋਅ ਹੈਲੋ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਆਈ ਥਿੰਕ ਤੁਹਾਡੀ ਆਵਾਜ਼ ਘੱਟ ਆ ਰਹੀ ਆ ਹੈਲੋ 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 ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਆ ਰਹੀ ਆ ਹੁਣ ਆਵਾਜ਼ ਐਂਡ ਨਾਲ ਹੀ ਮੈਂ ਆਪਣੇ ਲਿਸਨਰਸ ਨੂੰ ਦੱਸ ਦਵਾਂ ਕਿ ਇਹ ਰੈਡ ਐਫ ਐਮ ਦੇ ਫੇਸਬੁੱਕ ਪੇਜ 'ਤੇ ਲਾਈਵ ਵੀ ਇਸ ਵੇਲੇ ਬ੍ਰੌਡਕਾਸਟ ਹੋ ਰਹੀ ਆ ਇੰਟਰਵਿਊ ਸੋ ਗੁਰਮੋਹ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਅਸਲੀ ਨਾਮ ਇਹ ਗੁਰਮੋਹ ਆ ਜਾਂ ਤੁਹਾਡਾ ਇਹ ਆਰਟਿਸਟ ਨੇਮ ਆ ਗੁਰਮੋਹ ਅਸਲੀ ਨਾਮ ਹੁਣ ਪਤਾ ਨਹੀਂ ਕਿਹਨੂੰ ਕਹਿੰਦੇ ਹੁੰਦੇ ਮਤਲਬ ਸਰਟੀਫਿਕੇਟ ਤੇ ਮੇਰੇ ਸਕੂਲ ਵਾਲੇ ਤੇ ਕੁਝ ਹੋਰ ਲਿਖਿਆ ਹੈਗਾ ਹਾਂਜੀ ਇਹ ਇਦਾਂ ਸੀਗਾ ਕਿ ਮੇਰੇ ਮਮ ਦਾ ਨਾਮ ਮਹਿੰਦਰ ਕੌਰ ਆ ਤੇ ਡੈਡ ਦਾ ਨਾਮ ਗੁਰਬਚਨ ਸਿੰਘ ਤੇ ਮੈਂ ਡੈਡ ਦੇ ਨਾਮ ਤੋਂ ਗੁਰ ਲੈ ਕੇ ਮਾਤਾ ਜੀ ਦੇ ਨਾਮ ਤੋਂ ਮੂੰਹ ਲੈ ਕੇ ਉਹ ਇਦਾਂ ਕ੍ਰੀਏਟ ਕੀਤਾ ਸੀਗਾ ਕਿ ਨਾਮ ਇਹ ਵਾਲਾ ਗੁਰਮੋਹ ਓਕੇ ਕਿਉਂਕਿ ਕਈ ਆਰਟਿਸਟ ਨੇ ਜਿਹੜੇ ਆਪਣਾ ਨਾਮ ਅਸਲੀ ਨਾਮ ਹੋਰ ਹੁੰਦਾ ਬਟ ਨਾਮ ਉਹ ਚੇਂਜ ਕਰ ਲੈਂਦੇ ਨੇ ਨਹੀਂ ਚੇਂਜ ਦੀ ਗੱਲ ਨਹੀਂ ਸੀਗੀ ਮੈਨੂੰ ਸੀਗਾ ਕਿ ਇੱਕ ਤਾਂ ਮਤਲਬ ਜਿੱਦਾਂ ਕਿ ਕੀ ਕਰ ਸਕਦਾ ਹਨਾ ਮੈਂ ਤੇ ਮੈਨੂੰ ਨਾਮ ਕ੍ਰੀਏਟ ਕਰਕੇ ਸੋਹਣਾ ਲੱਗਾ ਕਿ ਹਾਂ ਭਾਈ ਕਿ ਦਾ ਹੋਰੀ ਹੁੰਦੀ ਮਿੰਟੂ ਚਿੰਟੂ ਟੀਟੂ ਉਹਨਾਂ ਦੇ ਮੇਰਾ ਨਾਮ ਸਰਟੀਫਿਕੇਟ ਤੇ ਠੀਕ ਹੈ ਜੀ ਗੁਰਮੋਹ ਇਹ ਦੱਸੋ ਕਿ ਤੁਹਾਡੇ ਜਿੰਨੀ ਕੁ ਮੈਨੂੰ ਪਤਾ ਕਿ ਤੁਸੀਂ ਆਪਣੀ ਫਿਲਮ ਯਾਰ ਅਨਮੁੱਲੇ ਤੋਂ ਆਪਣਾ ਇਹ ਕਰੀਅਰ 뮤직 ਕਰੀਅਰ ਸ਼ੁਰੂ ਕੀਤਾ ਸੀਗਾ ਕਿ ਇੱਥੋਂ ਹੀ ਤੁਹਾਡੀ ਇਹ ਜਰਨੀ ਸਟਾਰਟ ਹੋਈ ਸੀ ਜਾਂ ਇਸ ਤੋਂ ਵੀ ਪਹਿਲਾਂ ਤੁਸੀਂ ਕਾਲਜ ਵਗੈਰਾ ਦੇ ਵਿੱਚ ਵੀ ਤੁਹਾਨੂੰ ਸ਼ੌਕ ਸੀਗਾ 뮤직 ਐਕਚੁਅਲੀ ਯਾਰ ਅਨਮੁੱਲੇ ਤੋਂ ਕਹਿ ਲਓ ਕਿ ਮਾਰਕੀਟ 'ਚ ਡੈਬਿਊ ਹੋਇਆ ਸੀਗਾ ਬਟ ਉਸ ਤੋਂ ਪਹਿਲਾਂ ਕਾਲਜ ਟਾਈਮ 'ਚ ਯੂਥ ਫੈਸਟ ਦੇ ਵਿੱਚ ਪਲੇ ਹੋਣਾ ਉਹਦਾ 뮤직 ਕਰਨਾ ਕੋਈ ਮਾਈਮ ਹੋਣੀ ਜਾਂ ਵੈਸਟਰਨ ਸਿੰਗਿੰਗ ਹੋਣੀ ਉਹ ਸਾਰਾ ਕੁਝ ਚੱਲਦਾ ਰਹਿੰਦਾ ਸੀਗਾ ਕਾਲਜ ਟਾਈਮ ਤੇ ਵਿੱਚ ਵਿੱਚ ਟੈਲੀਫਿਲਮ ਦਾ ਵੀ ਮੈਂ ਕੰਮ ਕੀਤਾ ਗਾਣੇ ਗੁਣੇ ਕੀਤੇ ਤੇ ਬਟ ਯਾਰ ਮੁੱਲੇ 'ਚ ਇੱਕ ਟਰੈਕ ਆਇਆ ਜੋ ਉਦੋਂ ਬਾਅਦ ਇਹ ਹੋਇਆ ਕਿ ਚਲੋ ਮਾਰਕੀਟ 'ਚ ਇੱਕ ਨਾਮ ਆ ਗਿਆ ਕਿ ਚਲ ਨਵਾਂ ਆਇਆ ਕੋਈ ਇਹ ਹੋ ਗਿਆ ਮਤਲਬ ਤੇ ਮੈਂ ਸੁਣਿਆ ਕਿ ਗੁਰਮੋਹ ਦੀ ਪੜ੍ਹਾਈ ਦੇ ਨਾਲ ਜ਼ਿਆਦਾ ਬਣੀ ਨਹੀਂ ਤੁਸੀਂ 6 ਸਾਲ ਜਲੰਧਰ ਕਾਲਜ 'ਚ ਜਾਂਦੇ ਰਹੇ ਹੋ ਕੀ ਤੁਸੀਂ ਡਿਗਰੀ ਕੰਪਲੀਟ ਕੀਤੀ ਜਾਂ ਨਹੀਂ ਡਿਗਰੀ ਡੁਗਰੀ ਐਕਚੁਅਲੀ ਮਤਲਬ ਮੈਂ ਕਾਲਜ ਤੱਕ ਗਿਆ ਟਾਈਮ ਸਿਰ ਲਾਈਕ ਜਿੱਦਾਂ ਕਿ ਫਸਟ ਈਅਰ ਮੈਂ APJ ਸੀਗਾ ਜਲੰਧਰ 'ਚ ਫਿਰ DAV ਫਿਰ ਖਾਲਸਾ ਕਾਲਜ ਫਿਰ APJ ਅਤੇ ਫਿਰ ਖਾਲਸਾ ਕਾਲਜ ਮਤਲਬ ਕਾਲਜ ਤਾਂ ਮੈਂ ਗਿਆ ਬਟ ਹਾਂ ਮਤਲਬ ਪੇਪਰ ਪੂਪਰ ਦੇਣ ਲੱਗੇ ਮੇਰਾ ਹੱਥ ਦੁੱਖਣ ਲੱਗ ਪੈਂਦੇ ਬਟ ਮੈਂ ਫਸਟ ਈਅਰ 'ਚ ਮੈਨੂੰ ਯਾਦ ਆ ਕਿ ਮੈਂ 뮤직 ਦਾ ਪੇਪਰ ਬਹੁਤ ਦਿਲੋਂ ਪੜ੍ਹ ਕੇ ਦਿੱਤਾ ਸੀਗਾ ਅਤੇ ਬਟ ਮੈਂ ਕਿਹਾ ਯਾਰ ਨਹੀਂ ਮਤਲਬ ਕੋਈ ਲੋੜ ਨਹੀਂ ਹੈਗੀ ਮੈਨੂੰ ਉਸ ਚੀਜ਼ ਦਾ ਮੈਨੂੰ ਕੋਈ ਰਿਗਰੈਟ ਵੀ ਨਹੀਂ ਹੈਗਾ ਕਿ ਮੇਰੇ ਕੋਲ ਡਿਗਰੀ ਨਹੀਂ ਹੈਗੀ ਕੋਈ ਮਤਲਬ ਇਟਸ ਓਕੇ ਇਟਸ ਫਾਈਨ ਮਤਲਬ ਉਹ ਵਾਲਾ ਹਿਸਾਬ ਆ ਨਹੀਂ ਵੈਸੇ ਤਾਂ ਤੁਸੀਂ ਇਹ ਪ੍ਰੂਫ ਕਰਤਾ ਕਿ ਜ਼ਰੂਰੀ ਨਹੀਂਗਾ ਕਿ ਡਿਗਰੀ ਲੈ ਕੇ ਕੋਈ ਕਾਮਯਾਬ ਹੋਊਗਾ ਬਿਨਾ ਡਿਗਰੀ ਤੋਂ ਵੀ ਕਾਮਯਾਬ ਹੋ ਸਕਦੇ ਨੇ ਮਤਲਬ ਕਿ ਸਕਿੱਲ ਆਈ ਥਿੰਕ ਹੋਣਾ ਚਾਹੀਦਾ ਹੈ ਉਹ ਜ਼ਿਆਦਾ ਇੰਪੋਰਟੈਂਟ ਆ ਤੇ ਮੇਰੇ ਕੇਸ 'ਚ ਪਤਾ ਨਹੀਂ ਚੱਲੀ ਜਾਂਦਾ ਇੰਨੇ ਹੀ ਰੱਬ ਵਾਸਤੇ ਸੋ ਤੁਸੀਂ ਤੁਹਾਡਾ ਬਚਪਨ ਦਾ ਇੱਕ ਖੁਆਬ ਸੀਗਾ ਅਤੇ ਤੁਸੀਂ 뮤직 ਪ੍ਰੋਡਿਊਸਰ ਹੀ ਬਣਨਾ ਚਾਹੁੰਦੇ ਸੀ ਜਾਂ ਸਿੰਗਰ ਬਣਨਾ ਚਾਹੁੰਦੇ ਸੀ ਐਂਡ ਹੌਲੀ ਹੌਲੀ ਇਸ ਫੀਲਡ ਦੇ ਵੱਲ ਮੂਵ ਹੋ ਗਏ
ਸਿੰਗਿੰਗ ਐਕਚੁਅਲੀ ਜਦੋਂ ਮੈਂ 10th ਚ ਸੀਗਾ ਉਦੋਂ ਮੈਂ ਇਦਾਂ ਸੀਗਾ ਕਿ ਮੈਂ ਤਾਂ 뮤직 ਡਾਇਰੈਕਟਰ ਬਣਨਾ, ਇਹ ਨਹੀਂ ਮੈਨੂੰ ਪਤਾ ਸੀ ਕਿੱਦਾਂ ਬਣਨਾ। ਤੇ ਜਦੋਂ ਮੈਂ 8th ਚ ਸੀਗਾ ਉਦੋਂ ਇੱਕ ਸੌਫਟਵੇਅਰ ਆਇਆ ਸੀ, ਜਦੋਂ ਕੰਪਿਊਟਰ ਲਿਆ ਕਰਦੇ ਨੇ ਤੇ ਉਹ ਚ ਮੈਂ ਪੰਗੇ ਲਈ ਜਾਣੇ, ਉਹ ਚ ਇੱਕ ਸੌਫਟਵੇਅਰ ਸੀਗਾ 뮤직 ਵਾਲਾ। ਤੇ 8ਵੀਂ 9ਵੀਂ 10ਵੀਂ ਤੱਕ ਮੈਂ ਇਦਾਂ ਸੀਗਾ ਕਿ ਯਾਰ ਵੀ ਡਨ, ਮੈਂ ਤਾਂ ਸੰਗੀਤਕਾਰ ਬਣਨਾ, 뮤직 ਡਾਇਰੈਕਟਰ ਬਣਨਾ, ਮੈਨੂੰ ਨਹੀਂ ਪਤਾ, ਇਹ ਨਹੀਂ ਪਤਾ ਸੀ ਕਿੱਦਾਂ ਬਣਨਾ। ਉਹ ਕੁਦਰਤੀ ਇਦਾਂ ਚੀਜ਼ਾਂ ਬਣਦੀਆਂ ਕਿ ਅੱਗੇ ਤੋਂ ਅੱਗੇ ਲਿਖ ਹੁੰਦੀਆਂ ਚੀਜ਼ਾਂ, ਤੇ ਮਤਲਬ ਆਪਣੇ ਆਪ ਹੀ ਰਸਤੇ ਖੁੱਲਦੇ ਰਹੇ, ਜਿਹੜੀ ਯੂਨੀਵਰਸ ਵਾਲੀ ਗੱਲ ਕਹਿ ਦਿੰਦੇ ਆ ਕਿ ਉਦਾਂ ਦਾ ਹੀ ਕੁਝ ਹੋਇਆ ਮੈਨੂੰ ਲੱਗਦਾ ਮੇਰੇ ਨਾਲ। ਜੀ ਸੋ ਜਿਹੜੇ ਤੁਹਾਡੇ ਗਾਣੇ ਨੇ ਬਹੁਤ ਹੀ ਮੀਨਿੰਗਫੁਲ, ਜਿੰਨਾ ਚ ਤੁਸੀਂ 뮤직 ਦਿੱਤਾ ਮੀਨਿੰਗਫੁਲ ਹੁੰਦੇ ਨੇ, ਸੋਲਫੁਲ ਕਹਿ ਸਕਦੇ ਆ ਆਪਾਂ ਗਾਣਿਆਂ ਨੂੰ, ਕਿ ਤੁਸੀਂ ਆਪਣੇ ਹਿਸਾਬ ਨਾਲ ਆਪਣੇ 뮤직 ਸਟਾਈਲ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ? ਆਈ ਥਿੰਕ ਕੈਟਾਗਰੀ ਦੀ ਜੇ ਗੱਲ ਕੀਤੀ ਜਾਵੇ ਤੇ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਕਿ ਵਰਲਡ 뮤직 ਆਪਾਂ ਕਰੀਏ ਤੇ ਉਹ ਬੈਟਰ ਆ, ਕਿਉਂਕਿ ਗੱਲ ਕੱਲੇ ਇੰਡੀਆ ਦੀ ਪੰਜਾਬ ਦੀ ਨਹੀਂ ਹੈਗੀ, ਆਪਾਂ ਜੇ ਕੁਝ ਸੁਣਦੇ ਆ ਤੇ ਉਹ 뮤직 ਹੀ ਹੁੰਦਾ। ਤੇ ਲਾਈਕ ਪਾਕਿਸਤਾਨ ਚ 뮤직 ਕਿੰਨਾ ਘੈਂਟ ਆ, ਅਫਗਾਨਿਸਤਾਨ ਚ ਕਿੰਨਾ ਘੈਂਟ ਆ, ਪਰਸ਼ੀਅਨ ਕਿੰਨਾ ਘੈਂਟ ਆ, ਵਰਲਡ ਵਾਈਡ ਹੀ 뮤직 ਇੰਨਾ ਹੈਗਾ। ਸਾਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਜੇ ਆਪਾਂ ਕਹਿ ਲਈ ਕਿ ਨਹੀਂ ਤਾਂ ਮੈਂ ਇਸੇ ਜ਼ੋਨ ਦਾ ਕਰਨਾ ਹੈਗਾ, ਉਹ ਫਿਰ ਮਤਲਬ ਇੱਕ ਲਿਮਿਟਡ ਜਿਹਾ ਹੋ ਜਾਂਦਾ। ਮੈਨੂੰ ਹੁੰਦਾ ਕਿ ਆਪਾਂ ਵਰਲਡ ਜਿੰਨੇ ਵੀ ਜ਼ੋਨ ਹੈਗੇ ਆ, ਜਿੰਨਾ ਵੀ ਮਤਲਬ ਜਾਨਰਸ ਹੈਗੇ, ਆਪਾਂ ਉਹਨਾਂ 'ਚ ਐਟਲੀਸਟ ਦੋ ਦੋ ਚਾਰ ਚਾਰ ਦਸ ਦਸ ਗਾਣੇ ਤਾਂ ਬਣਾਈਏ ਜ਼ਰੂਰ ਹਰ ਇੱਕ ਕੈਟਾਗਰੀ 'ਚ। ਉਹ ਆਲਵੇਜ਼ ਮੈਨੂੰ ਰਹਿੰਦਾ ਹੈਗਾ, ਉਹ ਹੌਲੀ ਹੌਲੀ ਟਾਈਮ ਲੱਗੂਗਾ, ਉਹ ਵੀ ਪੂਰਾ ਹੋ ਜਾਊਗਾ ਮਤਲਬ ਸਟੈਪ ਬਾਈ ਸਟੈਪ। ਜੀ ਤੇ ਤੁਸੀਂ 뮤직 ਦੇ ਨਾਲ ਮੈਂ ਸੁਣਿਆ ਐਕਸਪੈਰੀਮੈਂਟਸ ਵੀ ਕਾਫੀ ਕਰਦੇ ਰਹਿੰਦੇ ਹੋ। ਐਕਸਪੈਰੀਮੈਂਟ ਇਦਾਂ ਹੁੰਦਾ ਕਿ ਮਤਲਬ ਹਾਂਜੀ ਚੱਲਦੇ ਰਹਿੰਦੇ ਆ ਜੀ, ਮਤਲਬ ਕੁਝ ਚੰਗਾ ਲੱਗਾ ਫੋਨ 'ਚ ਰਿਕਾਰਡ ਕਰ ਲੈਣਾ। ਲਾਈਕ ਇੱਕ ਮੈਂ ਰੀਸੈਂਟਲੀ ਸਾਲ ਦੋ ਸਾਲ ਪਹਿਲਾਂ ਇੱਕ ਵੈਬ ਸੀਰੀਜ਼ ਕੀਤੀ ਸੀ, ਉਹਦਾ ਟਾਈਟਲ ਟਰੈਕ ਜਿਹੜਾ ਬਣਾਇਆ ਸੀਗਾ, ਸਾਡੇ ਗਲੀ ਦੇ ਬਾਹਰ ਇੱਥੇ ਮੋਹਾਲੀ ਲੰਘ ਰਹੇ ਸੀਗੇ ਇੱਕ ਸਬਜ਼ੀ ਵੇਚਣ ਵਾਲੇ ਅੰਕਲ ਜੀ, ਤੇ ਉਹ ਕਹਿ ਰਹੇ ਸੀ ਆਲੂ ਲੋ ਮਟਰ ਲੋ, ਉਹ ਮੈਂ ਰਿਕਾਰਡ ਕਰ ਲਿਆ। ਉਹ ਲਜ਼ੀਜ਼ ਇੱਕ ਵੈਬ ਸੀਰੀਜ਼ ਸੀ, ਉਹਦਾ ਟਾਈਟਲ ਟਰੈਕ ਮੈਂ ਉਸ ਤੋਂ ਬਣਾਇਆ ਸੀਗਾ, ਉਹਦੇ ਨਾਲ 뮤직 ਬਣਾ ਕੇ ਮਤਲਬ ਕਾਇੰਡ ਆਫ ਇਟ ਬੈਚ। ਨਾਈਸ। ਤੁਹਾਡੀ ਜਿਹੜੀ ਰੀਸੈਂਟਲੀ ਹੁਣ ਫਿਲਮ ਆਈ ਹੈ ਬੈਚ 2023, ਇਹਦਾ ਐਕਸਪੀਰੀਅੰਸ ਤੁਹਾਡਾ ਕਿਵੇਂ ਰਹਾ ਰਿਹਾ? ਐਕਸਪੀਰੀਅੰਸ ਸੋਹਣਾ ਹੀ ਹੁੰਦਾ, ਹਰ ਇੱਕ ਤਜਰਬੇ ਵਧੀਆ ਹੁੰਦੇ ਆ। ਹਰਦੀਪ ਭਾਜੀ ਹੁਣਾਂ ਨਾਲ ਮਤਲਬ ਕੀਤਾ ਕੰਮ ਤੇ ਉਹਨਾਂ ਦਾ ਵਧੀਆ ਸੀਗਾ ਕੁਛ, ਲਾਈਕ ਜਿੱਦਾਂ ਮੈਂ ਗਾਣਾ ਬਣਾ ਕੇ ਭੇਜਣਾ, ਭਾਈ ਗਾਣਾ ਵਧੀਆ ਹਨਾ, ਤੇ ਮੈਂ ਕਹਿੰਦਾ ਭਾਈ ਇਹ 'ਚ ਥੋੜਾ ਬਹੁਤ ਐਡ ਕਰਦੇ ਆ, ਉਹਨੇ ਕਹਿੰਦਾ ਠੀਕ ਆ ਮੈਂ ਕਰਕੇ ਭੇਜਣਾ। ਇੱਕ ਵਾਰੀ ਜਿਹੜਾ ਗਾਣਾ ਸੀਗਾ ਉਹ 'ਚ ਇੱਕ ਸੂਰਮੇ ਮੈਂ ਆਪਣੇ ਵੱਲੋਂ ਫਾਈਨਲ ਕਰਕੇ ਭੇਜਤਾ, ਉਹ ਕਹਿੰਦੇ ਨਹੀਂ ਭਾਈ ਇਹ ਜ਼ਿਆਦਾ ਹੋ ਗਿਆ, ਸਾਨੂੰ ਚੀਜ਼ਾਂ ਘਟਾਉਣੀਆਂ ਪੈਣੀਆਂ। ਫਿਰ ਉਹ 'ਚ ਫਿਰ ਚੀਜ਼ਾਂ ਡਾਊਨ ਕੀਤੀਆਂ, ਤੇ ਮਤਲਬ ਉਹਨਾਂ ਨੂੰ ਆਪਣੀ ਫਿਲਮ ਦੇ ਹਿਸਾਬ ਨਾਲ ਪ੍ਰੋਪਰ ਟਰੈਕ ਚਾਹੀਦੀ ਸੀ, ਉਹ ਵਧੀਆ ਰਿਹਾ, ਜਰਨੀ ਵਧੀਆ ਸੀਗੀ ਇੱਕ, ਮਤਲਬ ਸੋਹਣਾ ਰਿਹਾ ਸਫ਼ਰ। ਹਰ ਇੱਕ ਅਲੱਗ ਫੀਲ ਹੁੰਦਾ, ਮਤਲਬ ਸਿੱਖਣ ਨੂੰ ਮਿਲਦਾ ਹਰ ਇੱਕ ਪ੍ਰੋਜੈਕਟ ਦੇ ਵਿੱਚੋਂ, ਤੇ ਉਹ ਵਧੀਆ ਗੱਲ ਹੁੰਦੀ ਆਈ ਥਿੰਕ ਉਹ। ਅੱਛਾ ਇਹ ਦੱਸੋ ਗੁਰਮੋਹ ਕਿ ਇੱਕ ਗਾਣੇ ਦੀ ਜੇ ਆਪਾਂ ਗੱਲ ਕਰੀਏ, ਚਾਹੇ ਕਿਸੇ ਇੱਕ, ਚਲੋ ਇਮੋਸ਼ਨਲ ਗਾਣੇ ਦਾ ਐਗਜ਼ਾਮਪਲ ਲੈ ਲੈਂਦੇ ਹਾਂ, ਇੱਕ ਸੈਡ ਸੌਂਗ ਜੇ ਕਿਸੇ ਸਿੰਗਰ ਨੇ ਗਾਇਆ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਲਿਰਿਸਿਸਟ ਨੇ ਗਾਣਾ ਲਿਖਿਆ ਉਸ ਇਮੋਸ਼ਨਸ ਦੇ ਨਾਲ, ਫਿਰ ਇੱਕ ਸਿੰਗਰ ਨੇ ਉਸ ਇਮੋਸ਼ਨਸ ਨੂੰ ਦਿਖਾਉਣ ਵਾਸਤੇ ਉਹੋ ਜਿਹੀ ਆਵਾਜ਼ ਦੇ ਨਾਲ ਉਹ ਗੀਤ ਨੂੰ ਗਾਇਆ ਇਮੋਸ਼ਨਸ ਦਿਖਾਉਣ ਵਾਸਤੇ, ਹੁਣ ਉਸ ਤੋਂ ਬਾਅਦ ਵਿੱਚ 뮤직 ਵੀ ਆਉਂਦਾ ਕਿਉਂਕਿ 뮤직 ਦੀ ਵੀ ਆਪਣੀ ਇੱਕ ਭਾਸ਼ਾ ਹੁੰਦੀ ਆ ਆਈ ਥਿੰਕ। ਸੋ ਤੁਹਾਨੂੰ ਕੀ ਲੱਗਦਾ ਕਿ 뮤직 ਦਾ ਇੱਕ ਗੀਤ ਨੂੰ ਹਿੱਟ ਕਰਨ ਦੇ ਵਿੱਚ ਕਿੱਡਾ ਕੁ ਵੱਡਾ ਰੋਲ ਆ? ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਹੈਗੇ ਲਿਰਿਕਸ। ਜੇ ਸਾਡੇ ਕੋਲ ਲਿਰਿਕਸ ਨਹੀਂ ਹੈਗੇ ਅਸੀਂ ਕੁਛ ਨਹੀਂ ਕਰ ਸਕਦੇ। ਲਾਈਕ ਜੇ ਕੋਈ ਫਿਲਮ ਦੀ ਗੱਲ ਕਰੀਏ, ਜੇ ਸਟੋਰੀ ਨਹੀਂ ਹੈਗੀ ਕੁਛ ਨਹੀਂ ਕਰ ਸਕਦੇ। ਆਲਵੇਜ਼ ਮੈਨੂੰ ਜੋ ਲੱਗਦਾ ਹੈਗਾ ਮੈਨੂੰ ਜਾਂ ਮੇਰੇ ਸਰਕਲ 'ਚ ਕਿ ਲਿਰਿਕਸ ਬਹੁਤ ਜ਼ਿਆਦਾ ਇੰਪੋਰਟੈਂਟ ਆ ਪਹਿਲੇ ਨੰਬਰ ਤੇ ਜੀ, ਫਿਰ ਉਹਦੀ ਆਈ ਦੀ ਕੰਪੋਜੀਸ਼ਨ, ਉਹ ਗਾਉਣਾ ਕਿੱਦਾਂ ਆਪਾਂ, ਉਸ ਤੋਂ ਬਾਅਦ ਫਿਰ ਜਿਹਦਾ ਰਿਕਾਰਡ ਕੀਤਾ ਜਿਹੜੇ ਵੀ ਆਰਟਿਸਟ ਨੇ, ਉਸ ਤੋਂ ਬਾਅਦ ਫਿਰ 뮤직 ਆਉਂਦਾ ਹੈਗਾ, ਫਿਰ ਮਤਲਬ ਕੰਪਲੀਟ ਪੈਕੇਜ ਹੀ ਹੁੰਦਾ। ਜੇ ਸਾਰੀਆਂ ਚੀਜ਼ਾਂ ਸੋਹਣੀਆਂ ਇੱਕ ਦੂਜੇ ਨਾਲ ਜੁੜ ਜਾਣ ਤਾਂ ਇੱਕ ਕੰਪਲੀਟ ਵਧੀਆ ਚੀਜ਼ ਬਣ ਜਾਂਦੀ। ਫਿਰ ਮਤਲਬ ਇੱਕ ਬੰਦੇ ਦਾ ਜੇ ਆਪਾਂ ਕਹਿ ਲਓ ਕਿ ਇੱਕ ਸੰਗੀਤਕਾਰ ਨੇ ਗਾਣਾ ਬਣਾਇਆ, ਉਹ ਕਦੀ ਵੀ ਨਹੀਂ ਹੁੰਦਾ, ਮਤਲਬ ਆਲਵੇਜ਼ ਟੀਮ ਵਰਕ ਹੀ ਹੁੰਦਾ ਹੈ। ਤੇ ਉਹ ਜੋ ਚੰਗੇ ਵਾਈਬਸ ਮਿਲ ਜਾਣ ਤਾਂ ਫਿਰ ਚੰਗੀ ਚੀਜ਼ ਬਣ ਜਾਂਦੀ ਆਪਣੇ ਆਪ ਫਿਰ ਉਹ। ਪਰ ਅਸੀਂ ਇਹੋ ਜਿਹੇ ਗੀਤ ਵੀ ਸੁਣੇ ਨੇ ਜਿਹਦੇ ਵਿੱਚ ਜੇ ਲਿਰਿਕਸ ਸੁਣੋ ਤਾਂ ਠੀਕ ਠਾਕ ਹੀ ਨੇ, ਬਟ 뮤직 ਇੰਨਾ ਕਮਾਲ ਦਾ ਹੁੰਦਾ ਗਾਣੇ ਦੇ ਵਿੱਚ ਕਿ ਉਹ ਗਾਣਾ ਹਿੱਟ ਹੋ ਜਾਂਦਾ। ਐਕਚੁਅਲੀ ਹੁਣ ਇਹ ਜੇ ਆਪਾਂ ਅੱਜ ਦੀ ਗੱਲ ਕਰੀਏ, ਆਈ ਥਿੰਕ ਉਹਦੇ ਨਾਲ ਰਿਲੇਟਡ ਹੋ ਸਕਦੀ ਚੀਜ਼ ਇਹ ਕਿ ਅੱਜ ਕੱਲ੍ਹ ਕੀ ਹੈ, ਜੇ ਆਪਾਂ ਯੂਥ ਦੀ ਗੱਲ ਕਰੀਏ, ਯੂਥ ਨੇ ਪਹਿਲਾਂ ਤਾਂ ਰੀਲਸ ਦਾ ਜ਼ਮਾਨਾ ਹੈਗਾ, ਜੇ ਰੀਲਸ ਦੇਖਿਆ ਕੋਈ ਸਾਊਂਡ ਚੰਗਾ ਲੱਗ ਰਿਹਾ, ਲਿਰਿਕਸ ਚੰਗਾ ਲੱਗ ਰਿਹਾ, ਹਾਂਜੀ ਉੱਥੋਂ ਦੇਖ ਲੈਂਦਾ ਹੈਗਾ। ਜਾਂ ਜੇ ਆਪਾਂ ਕਲੱਬ 'ਚ ਜਾਂਦੇ ਹੈਗੇ ਹਾਂ, ਜੇ ਕਲੱਬ 'ਚ ਕੋਈ ਸਾਊਂਡ ਗਰੂਵੀ ਲੱਗਾ ਉਹਨਾਂ ਨੂੰ, ਤੇ ਲਿਰਿਕਸ ਸੈਕੰਡਰੀ ਹੋ ਜਾਂਦੇ ਆ। ਜੇ ਉਹਨਾਂ ਨੂੰ ਲੱਗਾ ਕਿ ਨਹੀਂ ਯਾਰ ਆ ਸੁਣ ਕੇ ਮਜ਼ਾ ਆ ਰਿਹਾ, ਤੇ ਉਹ ਇੱਕ ਵੱਖਰਾ ਸੈਪਰੇਟ ਹੋ ਜਾਂਦਾ। ਅੱਜ ਤੋਂ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ, ਮਤਲਬ ਆਪਾਂ ਨੂੰ ਸਮੇਂ ਦੇ ਨਾਲ ਜੇ ਨਹੀਂ ਚੱਲਦੇ ਉਹ ਗੱਲ ਵੀ ਨਹੀਂ ਬਣਦੀ,
ਤੇ ਮਤਲਬ ਟਾਈਮ ਟੂ ਟਾਈਮ ਚੀਜ਼ਾਂ ਹੁੰਦੀਆਂ ਤੇ ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਇਹ ਵੀ ਬਿਲਕੁਲ ਰਾਈਟ ਹੈ ਆਪਣੇ ਆਪ ਚ ਕਿ ਕਈ ਵਾਰੀ ਇੱਕ ਮਿਊਜ਼ਿਕ ਦਾ ਪੀਸ ਇੱਕ ਸਾਊਂਡ ਇੰਨੀ ਘੈਂਟ ਮਿਲ ਜਾਂਦੀ ਆ ਕਿ ਫਿਰ ਲਿਰਿਕਸ ਥੋੜੇ ਲੱਗਦਾ ਕਿ ਨਹੀਂ ਯਾਰ ਮਿਊਜ਼ਿਕ ਜ਼ਰਾ ਘੈਂਟ ਆ ਬਟ ਉਹੀ ਇਹ ਗੱਲ ਜੇ ਸਾਨੂੰ ਲਿਰਿਕਸ ਮਿਊਜ਼ਿਕ ਸਾਰਾ ਕੁਝ ਘੈਂਟ ਮਿਲ ਜਾਊ ਫਿਰ ਕਮਾਲ ਹੋ ਜਾਂਦੀ ਚੀਜ਼ ਸੋ ਜਿਹੜੇ ਮਿਊਜ਼ਿਕ ਚ ਤੁਸੀਂ ਪ੍ਰੋਡਿਊਸ ਕਰਦੇ ਹੋ ਕਿ ਇਹ ਗਾਣੇ ਦੇ ਨਾਲ ਨਾਲ ਹੀ ਚੱਲਦਾ ਹੁੰਦਾ ਜਾਂ ਤੁਸੀਂ ਗਾਣਾ ਰਿਕਾਰਡ ਪਹਿਲਾਂ ਹੁੰਦਾ ਜਿਹੜੇ ਬੋਲ ਹੁੰਦੇ ਨੇ ਉਹ ਪਹਿਲਾਂ ਰਿਕਾਰਡ ਹੁੰਦੇ ਨੇ ਉਸ ਤੋਂ ਬਾਅਦ ਮਿਊਜ਼ਿਕ ਐਡ ਹੁੰਦਾ ਜਾਂ ਮਿਊਜ਼ਿਕ ਦੇ ਨਾਲ ਹੀ ਸੌਂਗ ਨੂੰ ਰਿਕਾਰਡ ਕੀਤਾ ਜਾਂਦਾ ਐਕਚੁਅਲੀ ਹਰ ਇੱਕ ਗਾਣੇ ਦੀ ਆਪਣੀ ਉਹ ਲਾਈਫ ਹੁੰਦੀ ਹੈਗੀ ਆਪਣਾ ਇੱਕ ਉਹਦਾ ਜਦੋਂ ਬਰਥ ਹੁੰਦਾ ਗਾਣੇ ਦਾ ਕਿਉਂਕਿ ਤਰੀਕੇ ਬੜੇ ਨੇ ਲਾਈਕ ਪਹਿਲਾਂ ਆਪਾਂ ਸਪੋਜ਼ ਪਿਆਨੋ ਤੇ ਉਹਦੀ ਕੰਪੋਜੀਸ਼ਨ ਟਿਊਨ ਵਜਾ ਲਈ ਹੈ ਨਾ ਐਗਜ਼ਾਮਪਲ ਫੋਰ ਐਗਜ਼ਾਮਪਲ ਕਿ ਆਪਾਂ ਰਾਈਟਰ ਨੂੰ ਭੇਜੀ ਫਿਰ ਰਾਈਟਰ ਕਹਿੰਦਾ ਨਹੀਂ ਭਾਜੀ ਮੈਂ ਤੁਹਾਡੇ ਨਾਲ ਬਹਿ ਕੇ ਲਿਖਦਾ ਫਿਰ ਰਾਈਟਰ ਨੇ ਕਹਿਣਾ ਹਾਂ ਆਹ ਠੀਕ ਨਾਲ ਨਾਲ ਮਿਊਜ਼ਿਕ ਬਣਾਉਣਾ ਫਿਰ ਕਈ ਵਾਰੀ ਕੀ ਹੁੰਦਾ ਕਿ ਰਾਈਟਰ ਕਹਿੰਦਾ ਕਿ ਭਾਜੀ ਆਹ ਮੇਰੇ ਕੋਲ ਟਿਊਨ ਹੈਗੀ ਆ ਇਹਤੇ ਆਹ ਕੁਛ ਵਰਡਸ ਹੈਗੇ ਮੈਨੂੰ ਕੁਛ ਮਿਊਜ਼ਿਕ ਦੇ ਦਿਓ ਕੋ ਵੀ ਸਿਨੈਰੀਓ ਹੁੰਦਾ ਫਿਰ ਕੀ ਹੁੰਦਾ ਕਿ ਆਪਾਂ ਇੱਥੋਂ ਮਿਊਜ਼ਿਕ ਸਾਰਾ ਰੈਡੀ ਆ ਸਾਰਾ ਮਿਊਜ਼ਿਕ ਹੀ ਫਾਈਨਲ ਹੈਗਾ ਸਾਰਾ ਗਾਇਆ ਵੀ ਹੋਇਆ ਆਪਾਂ ਰਾਈਟਰ ਨੂੰ ਭੇਜਦੇ ਰਾਈਟਰ ਨੇ ਕਹਿਣਾ ਹਾਂ ਭਾਈ ਉਹਨੂੰ ਸਿਰਫ ਉਹਨਾਂ ਨੇ ਸਿਰਫ ਲਿਖਣਾ ਹੁੰਦਾ ਇਹਦੇ ਤੇ ਮਤਲਬ ਕਿ ਪੰਜ ਛੇ ਤਰੀਕੇ ਤਾਂ ਹੈਗੇ ਹੈਗੇ ਜਿਹੜੇ ਵੱਖਰੇ ਵੱਖਰੇ ਜਿਹਦੇ ਨਾਲ ਆਪਾਂ ਸੌਂਗ ਇੱਕ ਬਣਾ ਸਕਦੇ ਹੈਗੇ ਆ ਤੇ ਉਹ ਮਤਲਬ ਕਿ ਇੱਕ ਉਹ ਰੂਲ ਨਹੀਂ ਹੈਗਾ ਇੱਦਾਂ ਹੀ ਬਣਾਉਣਾ ਮਜ਼ੇ ਦੀ ਗੱਲ ਆ ਮਤਲਬ ਕੋਈ ਕਿੱਥੇ ਕਿੱਦਾਂ ਕੰਫਰਟੇਬਲ ਹੈਗਾ ਜੀ ਮਤਲਬ ਮੇਰੇ ਨਾਲ ਤਾਂ ਇੱਦਾਂ ਹੁੰਦਾ ਮਤਲਬ ਆਈ ਮਤਲਬ ਹੁਕ ਸਾਰਿਆਂ ਨਾਲ ਇੱਦਾਂ ਹੀ ਹੁੰਦਾ ਹੋਊਗਾ ਸਾਡੇ ਜਿਹੜੇ ਮੇਰੇ ਨਾਲ ਦੇ ਮੇਰੇ ਭਰਾ ਹੈਗੇ ਆ ਇਸ ਫੀਲਡ ਚੋਂ ਸਿੰਗਰ ਰਾਈਟਰ ਸੰਗੀਤਕਾਰ ਸਾਰੇ ਜੀ ਸੋ ਤੁਹਾਨੂੰ ਇਨਸਪੀਰੇਸ਼ਨ ਕਿਤੋਂ ਮਿਲਦੀ ਆ ਇਨਸਪੀਰੇਸ਼ਨ ਮਤਲਬ ਕਦੀ ਕਦੀ ਦਿਮਾਗ 'ਚ ਬੰਦ ਹੁੰਦਾ ਉਹਲੀ ਫਿਰ ਮਿਊਜ਼ਿਕ ਸੁਣਨਾ ਪੈਂਦਾ ਆ ਤੇ ਜੇ ਆਪਾਂ ਸੁਣਾਂਗੇ ਨਹੀਂ ਜੇ ਕੁਛ ਪੜਾਂਗੇ ਨਹੀਂ ਲਿਖਣ ਲਈ ਰਾਈਟਰ ਨੂੰ ਪੜਨਾ ਜ਼ਰੂਰੀ ਆ ਤੇ ਸਾਨੂੰ ਲਿਸਨਿੰਗ ਆਲਵੇਸ ਜ਼ਰੂਰੀ ਹੁੰਦੀ ਆ ਤੇ ਮਤਲਬ ਉਦੋਂ ਮਿਊਜ਼ਿਕ ਸੁਣੋ ਬ੍ਰੇਕ ਕਰੋ ਤੇ ਕੁਛ ਚੰਗਾ ਲੱਗਦਾ ਜੇ ਕੋਈ ਮਿਊਜ਼ਿਕ ਹਾਂ ਬੰਦਾ ਕਹਿੰਦਾ ਯਾਰ ਇਹ 'ਚ ਆਹ ਕਰਕੇ ਇਹ 'ਚ ਕੋਡ ਪਾ ਕੇ ਇਹ 'ਚ ਗਿਟਾਰ ਲੈ ਕੇ ਇਹ 'ਚ ਢੋਲ ਜੇ ਐਡ ਕਰਦੀ ਇਹਦਾ ਐਕਸਪੈਰੀਮੈਂਟ ਹੋ ਸਕਦਾ ਇਹ ਮਿਊਜ਼ਿਕ 'ਚ ਆਹ ਕਰਦੀ ਉਹ ਕਰਦੀ ਮਤਲਬ ਕੁਛ ਵੀ ਜਸਟ ਕੁਛ ਵੀ 2-30 ਸੈਕਿੰਡ ਦਾ ਹੋਊਗਾ ਜਾਂ 5 ਸੈਕਿੰਡ ਦਾ ਕੁਛ ਵੀ ਚੰਗਾ ਜੇ ਸੁਣ ਜੇ ਕਿਤੇ ਸਾਊਂਡ ਜੀ ਉਤੋਂ ਫਿਰ ਮਤਲਬ ਕੁਛ ਨਾ ਕੁਛ ਕ੍ਰੀਏਟ ਹੋ ਜਾਂਦਾ ਫਿਰ ਅੱਗੇ ਜੀ ਤੇ ਤੁਸੀਂ ਬਹੁਤ ਸਾਰੇ ਵਧੀਆ ਵਧੀਆ ਜਿਹੜੇ ਆਪਣੇ ਪੰਜਾਬੀ 뮤직 ਇੰਡਸਟਰੀ ਦੇ ਸਿੰਗਰਸ ਨੇ ਉਹਨਾਂ ਦੇ ਨਾਲ ਕੰਮ ਕਰ ਚੁੱਕੇ ਹਾਂ ਜਿਵੇਂ ਕਹਿ ਲਓ ਰਣਜੀਤ ਬਾਵਾ ਹੋ ਗਏ ਗੁਰਸ਼ਬਦ ਹੋ ਗਏ ਬੀਰ ਸਿੰਘ ਹੋ ਗਏ ਐਹਨ ਨੂਰਾ ਸਿਸਟਰਸ ਦਲਜੀਤ ਦੁਸਾਂਝ ਹੁਣ ਜੇ ਆਪਾਂ ਦਲਜੀਤ ਦੁਸਾਂਝ ਦੇ ਗੀਤ ਦੀ ਗੱਲ ਕਰੀਏ ਆਰ ਨਾਨਕ ਪਾਰ ਨਾਨਕ ਇਹੋ ਜਿਹੜੇ ਮੀਨਿੰਗਫੁਲ ਗੀਤਾਂ ਦੇ ਵਿੱਚ ਜਦੋਂ ਤੁਸੀਂ 뮤직 ਦਿੰਦੇ ਹੋ ਤਾਂ ਤੁਹਾਨੂੰ ਆਪ ਨੂੰ ਕਿੰਨੀ ਕੁ ਸੈਟੀਸਫੈਕਸ਼ਨ ਮਿਲਦੀ ਆ ਉਹ ਕਰਨ ਤੋਂ ਬਾਅਦ ਸੈਟੀਸਫੈਕਸ਼ਨ ਐਦਾਂ ਹੁੰਦਾ ਕਿ ਜੋ ਬਣਾਇਆ ਬਾਅਦ ਚ ਆਪਾਂ ਸੁਣਦੇ ਹੁੰਦੇ ਅੱਛਾ ਯਾਰ ਯਾਰ ਇਹ ਤਾਂ ਚੰਗਾ ਬਣ ਗਿਆ ਅੱਛਾ ਯਾਰ ਅੱਛਾ ਸਾਊਂਡ ਕਰ ਰਿਹਾ ਯਾਰ ਇਹ ਤਾਂ ਗਾਣਾ ਜੀ ਆਰ ਨਾਨਕ ਪਾਰ ਨਾਨਕ ਤੇ ਮਤਲਬ ਕਿ ਇਹ ਤਾਂ ਬਣ ਗਿਆ ਸਾਡੇ ਕੋਲ ਅਸੀਂ ਇਹ ਚ ਕੁਛ ਨਹੀਂ ਕੀਤਾ ਇਹ ਸਾਡੇ ਕੋਲ ਕੰਪੋਜੀਸ਼ਨ ਆਈ ਸੀ ਜਦੋਂ ਮਨਪ੍ਰੀਤ ਸਾਡੇ ਮਿੱਤਰ ਨੇ ਉਹਨਾਂ ਨੇ ਭੇਜੀ ਹਰਮਨ ਸਾਹਿਬ ਨੇ ਲਿਰਿਕਸ ਸੀਗੇ ਲਿਖੇ ਤੇ ਉਹ ਕੀਤਾ ਆਪਾਂ ਗਏ ਪਟਿਆਲੇ ਗਏ ਸੀ ਆਈ ਥਿੰਕ ਆਪਾਂ ਉਦੋਂ ਰਜੀਤ ਭਾਈ ਦਾ ਕੁਛ ਚੱਲਦਾ ਸੀ ਉੱਥੇ ਹਾਂਜੀ ਤੇ ਉਦੋਂ ਬਣਾਇਆ ਸੀਗਾ ਤੇ ਜੋ ਟਰੈਕ ਬਾਅਦ ਚ ਬਣਿਆ ਤੇ ਉਹ ਅਸੀਂ ਆਪ ਹੈਰਾਨ ਸੀਗੇ ਕਿ ਆਹ ਕੀ ਹੋ ਗਿਆ ਇਹ ਤਾਂ ਮਤਲਬ ਜ਼ਿਆਦਾ ਚੰਗੀ ਚੀਜ਼ ਬਣ ਗਈ ਉਹ ਅਸੀਂ ਨਹੀਂ ਬਣਾਈ ਉਹ ਬਣ ਗਈ ਆਪਣੇ ਵੱਲੋਂ ਮੈਂ ਤਾਂ ਇਹੀ ਮੰਨਦਾ ਹੁੰਦਾ ਜੀ ਕਿ ਬਣ ਗਈ ਉਹ ਚੀਜ਼ ਉਹ ਤੇ ਜਿੰਦੇ ਮੇਰੀਏ ਗੀਤ ਉਹ ਵੀ ਸੁਪਰ ਡੁਪਰ ਹਿੱਟ ਰਿਹਾ ਨੂਰਾ ਸਿਸਟਰਸ ਦਾ ਉਹਦੇ ਵਿੱਚ ਵੀ 뮤직 ਤੁਸੀਂ ਦਿੱਤਾ ਸੀ ਉਹਦਾ ਐਕਸਪੀਰੀਅੰਸ ਜਿੰਦੇ ਮੇਰੀਏ ਹਾਂਜੀ ਹਾਂਜੀ ਜਿੰਦੇ ਮੇਰੀਏ ਇੱਕ ਆਪਣਾ ਕਿੱਸਾ ਪੰਜਾਬ ਫਿਲਮ ਦਾ ਗੀਤ ਉਹਦਾ ਵੀ ਮਤਲਬ ਜਤਿੰਦਰ ਭਾਜੀ ਨੇ ਜਤਿੰਦਰ ਮੌਰ ਜੀ ਫਿਲਮ ਦੇ ਡਾਇਰੈਕਟਰ ਮੈਨੂੰ ਕਾਈਂਡ ਆਫ ਇਦਾਂ ਸਾਡੇ ਪ੍ਰੋਡਿਊਸਰ ਕੁਛ ਇਦਾਂ ਦਾ ਸਾਊਂਡ ਚਾਹ ਰਹੇ ਨੇ ਤੇ ਮੈਂ ਕਿਹਾ ਓਕੇ ਜੀ ਉਦੋਂ ਮੈਂ ਜਲੰਧਰ ਹੁੰਦਾ ਸੀਗਾ ਤੇ ਉਹ ਬਣਾਇਆ ਕੁਛ ਬਣਾ ਕੇ ਭੇਜਿਆ ਭਾਜੀ ਕਹਿੰਦੇ ਅੱਛਾ ਲੱਗ ਰਿਹਾ ਕਹਿੰਦੇ ਮੈਨੂੰ ਤਾਂ ਅੱਛਾ ਲੱਗ ਰਿਹਾ ਤੇ ਪ੍ਰੋਡਿਊਸਰ ਵੱਲੋਂ ਵੀ ਓਕੇ ਹੋ ਗਿਆ ਤੇ ਉਹੀ ਗੱਲ ਕਿ ਜਦੋਂ ਟਰੈਕ ਫਾਈਨਲ ਬਣਿਆ ਅੱਛਾ ਯਾਰ ਠੀਕ ਲੱਗ ਰਿਹਾ ਇਹ ਅੱਛਾ ਲੱਗ ਰਿਹਾ ਮਤਲਬ ਮੈਨੂੰ ਤਾਂ ਇੱਦਾਂ ਹੁੰਦਾ ਕਿ ਯਾਰ ਅੱਛਾ ਇਹ ਨਹੀਂ ਅੱਛਾ ਲੱਗ ਰਿਹਾ ਅੱਛਾ ਇਹ ਠੀਕ ਲੱਗ ਰਿਹਾ ਹੈ ਉਹੀ ਥੋੜੇ ਦਿਨਾਂ ਬਾਅਦ ਸੁਣੀਏ ਫਿਰ ਜ਼ਿਆਦਾ ਕਲੀਅਰ ਹੁੰਦਾ ਕਿ ਅੱਛਾ ਯਾਰ ਕਦੀ ਕਦੀ ਹੁੰਦਾ ਕਿ ਆਪਾਂ ਗਾਣਾ ਬਣਾਇਆ ਅੱਛਾ ਲੱਗ ਰਿਹਾ ਜੋ ਸਵੇਰੇ ਸਵੇਰੇ ਨਹੀਂ ਯਾਰ ਆ ਤਾਂ ਮਤਲਬ ਗਲਤ ਹੋਈ ਚੀਜ਼ ਮਤਲਬ ਜੇ ਥੋੜੇ ਦਿਨਾਂ ਬਾਅਦ ਵੀ ਜੇ ਆਪਾਂ ਕੋਈ ਚੀਜ਼ ਸੁਣੀਏ ਤੇ ਉਹ ਫਰੈਸ਼ਨੈਸ ਹੋਵੇ ਗਾਣੇ 'ਚ ਉਹ ਮਤਲਬ ਵਰਕ ਕਰ ਸਕਦੀ ਚੀਜ਼ ਉਹ ਜੀ ਤੇ ਬਾਬਲੇ ਦੀ ਪੱਗ ਇਹ ਜਿਹੜਾ ਗੀਤ ਸੀ ਇਹ ਵੀ ਬਹੁਤ ਸੋਹਣਾ ਗੀਤ ਆ ਮੀਨਿੰਗਫੁਲ ਗੀਤ ਆ ਤੇ ਇਹਦੇ ਵਿੱਚ ਤੁਸੀਂ ਫੀਚਰ ਵੀ ਹੋਏ ਹੋ ਇਹ 'ਚ ਤਾਂ ਇਹਨਾਂ ਨੂੰ ਕੋਈ ਮਾਡਲ ਮਿਲਿਆ ਨਹੀਂ ਸੀ ਤਾਂ ਕਰਕੇ ਇਹਨਾਂ ਨੇ ਮੈਨੂੰ ਲੈ ਰਿਹਾ ਸੀਗਾ ਹੋਰ ਵੀ ਚੱਲ ਰਹੇ ਆ ਤੇ ਕੁਛ ਨਾ ਕੁਛ ਮੈਂ ਆਪਣੇ ਲਈ ਵੀ ਲਿਰਿਕਸ ਲੱਭ ਰਿਹਾ ਹੈਗਾ
ਹੂੰ ਕਿ ਮੈਂ ਵੀ ਥੋੜਾ ਜਿਹਾ ਆਟੋ ਟਿਊਨ ਲਾ ਲਵਾਂ ਆਪਣੀ ਆਵਾਜ਼ ਨੂੰ ਤੇ ਗਾਣਾ ਗੁਣਾ ਕਰ ਲਾਂਗੇ। ਸੋ ਤੁਸੀਂ ਵੀ ਸਿੰਗਰ ਬਣਨਾ ਚਾਹੁੰਦੇ ਹੋ? ਐਕਚੁਅਲੀ ਸਿੰਗਰ ਬਣਨਾ ਮਤਲਬ ਆਪਣੀ ਇੱਥੇ ਇੱਕ ਡੈਫੀਨੇਸ਼ਨ ਹੋਰ ਹੋ ਗਈ ਹੈ ਕਿ ਜਦੋਂ ਗਾਣਾ ਆ ਗਿਆ ਤੇ ਮਤਲਬ ਸਿੰਗਰ ਹੁੰਦਾ, ਹਰ ਕੋਈ ਸਿੰਗਰ ਆ ਆਪਣੇ ਇਸ ਜੇ ਧਰਤੀ ਦੀ ਗੱਲ ਕਰੀਏ, ਜਿਹੜਾ ਹੁੰਦਾ ਬਾਥਰੂਮ ਚ ਗਾਉਂਦਾ ਆ ਰਿਵਰਬ ਜਿੱਥੇ ਉਹਨੂੰ ਇੱਕੋ ਇੱਕੋ ਮਿਲੇ ਉਹ ਚ ਗਾਉਂਦਾ, ਉਹ ਹਰ ਇੱਕ ਬੰਦਾ ਸਿੰਗਰ ਹੀ ਅੰਦਰੋਂ। ਅੱਜ ਕੱਲ ਕੀ ਹੋ ਗਿਆ, ਈਜ਼ੀ ਇਹ ਹੋ ਗਿਆ ਕਿ ਆਪਾਂ ਆਵਾਜ਼ ਨੂੰ ਸਰਚ ਕਰ ਸਕਦੇ ਹਾਂ। ਮੇਰੇ ਹਿਸਾਬ ਨਾਲ ਤੁਸੀਂ ਵੀ ਗਾ ਸਕਦੇ ਹੋ, ਤੁਸੀਂ ਗਾਉਂਦੇ ਵੀ ਹੋਵੋਗੇ, ਤੇ ਜਿਹੜੇ ਭਾਈ ਬਿਲਕੁਲ ਸਾਹਿਬ ਸ਼ੂਟ ਕਰਦੇ ਨੇ ਇਹ ਵੀ ਗਾਉਂਦੇ ਹੋਣਗੇ, ਮਤਲਬ ਸਾਰੇ ਗਾਉਂਦੇ ਨੇ। ਹਰ ਕੋਈ ਬੰਦਾ ਅੰਦਰੋਂ ਆਰਟਿਸਟ ਆ, ਹਰ ਕੋਈ ਬੰਦਾ ਗਾ ਸਕਦਾ, ਇਹ ਚ ਕੋਈ ਸ਼ੱਕ ਹੀ ਨਹੀਂ ਹੈਗਾ। ਅੱਜ ਦੀ ਗੱਲ ਕਰੀਏ, ਅੱਜ ਤੋਂ 100 ਸਾਲ ਪੁਰਾਣੀ ਗੱਲ ਕਰੀਏ, ਇਹ ਮਤਲਬ ਅੰਦਰ ਹੁੰਦਾ ਹੀ ਹੁੰਦਾ ਹਰ ਇੱਕ ਦੇ। ਉਹੀ ਹੈ ਕਿ ਜੇ ਅੱਜ ਕੱਲ ਦੇ ਹਿਸਾਬ ਨਾਲ ਆਪਾਂ ਥੋੜਾ ਉਹਨੂੰ ਡਿਜੀਟਲੀ ਫਾਈਨ ਕਰ ਸਕਦੇ ਹਾਂ, ਇਹ ਆਪਸ਼ਨ ਆ, ਬਸ ਹੋਰ ਫਰਕ ਜ਼ਿਆਦਾ ਨਹੀਂ ਲੱਗਦਾ ਮੈਨੂੰ। ਆਈ ਥਿੰਕ ਤੁਸੀਂ ਇਸ ਵੇਲੇ ਆਪਣੇ ਸਟੂਡੀਓ 'ਚ ਹੀ ਬੈਠੇ ਹੋ ਜਾਂ ਤੁਸੀਂ ਆਪਣੇ ਘਰ 'ਚ ਹੀ ਮੈਂ ਸਟੂਡੀਓ ਖੋਲਿਆ ਹੈ? ਮੈਂ ਆਪਣੇ ਮਤਲਬ ਸਟੂਡੀਓ ਦੇ ਬਾਹਰ ਲਾਈਕ ਆਫਿਸ ਜਿਹਾ ਹੈਗਾ, ਇੱਥੇ ਆਪ ਹੀ ਪੇਂਟ ਪੂੰਟ ਜਿਹਾ ਕੀਤੇ ਮੈਂ, ਉਹ ਉੱਥੇ ਮਤਲਬ ਸੀਗੇ ਕੰਮ ਕੁੰਮ ਜਿਹਾ, ਕੁਛ ਬਣਾ ਗਾਣਾ ਬਣਾਉਣ ਦੀ ਕੋਸ਼ਿਸ਼ 'ਚ। ਮੈਨੂੰ ਪਿੱਛੇ ਗਿਟਾਰ ਵੀ ਪਿਆ ਦਿਖ ਰਿਹਾ, ਉਹ ਚੱਕ ਕੇ ਸਾਨੂੰ ਕੋਈ ਗੀਤ ਹੀ ਸੁਣਾ ਦਿਓ। ਮੈਂ ਗਿਟਾਰ ਵਜਾ ਸੀ ਨਾ, ਪਰ ਮੈਂ ਹੁਣ ਗਾ ਤਾਂ ਜਿਵੇਂ ਦੱਸਿਆ ਕਿ ਹਲੇ ਮੈਂ ਆਪਣੇ ਆਪ ਨੂੰ ਮੈਲੋਡਾਈਨ ਜਾਂ ਆਟੋ ਟਿਊਨ ਕਰੂੰਗਾ, ਉਦਾਂ ਦਾ ਸਿੰਗਰ ਹੈਗਾ। ਆਪਾਂ ਮਤਲਬ ਅਗਲੀ ਵਾਰੀ ਤੁਹਾਨੂੰ ਜ਼ਰੂਰ ਮੈਂ ਰਿਆਜ਼ ਕਰਕੇ ਜ਼ਰੂਰ ਸੁਣਾਉਂਗਾ ਕੁਛ ਨਾ ਕੁਛ। ਜੀ ਸ਼ੋਰ। ਸੋ ਜਾਣ ਤੋਂ ਪਹਿਲਾਂ ਸਾਡੇ ਲਿਸਨਰਸ ਨੂੰ ਕੀ ਕਹਿਣਾ ਚਾਹੁੰਦੇ ਹੋ? ਮਤਲਬ ਥੈਂਕ ਯੂ ਸੋ ਮੱਚ, ਤੁਸੀਂ ਸੁਣ ਰਹੇ ਹੋ, ਤੁਸੀਂ ਸਾਡੇ ਗਾਣੇ ਸੁਣ ਰਹੇ ਹੋ ਲਈ ਹੋਰ ਜ਼ਿਆਦਾ ਮਤਲਬ ਧੰਨਵਾਦ ਤੁਹਾਡਾ ਸਾਰਿਆਂ ਦਾ, ਤੇ ਮਤਲਬ ਬਲੈਸਿੰਗਸ ਰੱਖੋ ਸਾਡੇ ਸਾਰਿਆਂ ਤੇ, ਸਾਡੀ ਤੇ ਰੱਖੋ ਕਿ ਅਸੀਂ ਚੰਗਾ ਚੰਗਾ ਜਾਂ ਜੋ ਵੀ ਆ ਸਾਡੇ ਕੋਲ ਮਿਊਜ਼ਿਕ ਬਣਦਾ ਰਹੇ, ਤੁਸੀਂ ਬਲੈਸਿੰਗ ਦਿਓਗੇ ਤੇ ਉਹ ਹੋਰ ਸੋਹਣਾ ਬਣੂਗਾ। ਮਤਲਬ ਮੈਨੂੰ ਤਾਂ ਇਹੀ ਲੱਗਦਾ ਕਿ ਜਦੋਂ ਵਾਈਬਸ ਮਿਲਦੀ ਆ, ਐਨਰਜੀ ਮਿਲਦੀ ਆ, ਤੁਹਾਨੂੰ ਮਿਹਰ ਹੁੰਦੀ ਜਦੋਂ ਬਾਬੇ ਦੀ, ਤਾਂ ਉਦੋਂ ਚੀਜ਼ਾਂ ਚੰਗੀਆਂ ਮਿਲਦੀਆਂ ਜਦੋਂ ਕੋਈ ਤੁਹਾਨੂੰ ਬਲੈਸਿੰਗ ਦਿੰਦਾ, ਤੇ ਪਲੀਜ਼ ਸਾਨੂੰ ਬਲੈਸਿੰਗ ਦਿਓ ਤੇ ਅਸੀਂ ਇਸੇ ਤਰ੍ਹਾਂ ਕਿ ਮਤਲਬ ਆਪਣਾ ਹੀਲਿੰਗ ਵਾਲਾ ਮਿਊਜ਼ਿਕ ਬਣਦਾ ਰਹੇ ਸਾਡੇ ਕੋਲ, ਮੇਰੇ ਕੋਲ, ਮੇਰੀ ਟੀਮ ਕੋਲੋਂ, ਸਾਰਿਆਂ ਕੋਲ। ਜੀ ਗੁਰਮੋ, ਵੈਸੇ ਤਾਂ ਤੁਸੀਂ ਕਮਾਲ ਦਾ ਕੰਮ ਕਰ ਹੀ ਰਹੇ ਹੋ, ਬਹੁਤ ਵਧੀਆ ਕੰਮ ਕਰ ਰਹੇ ਹੋ, ਕਿਉਂਕਿ ਜਿਹੋ ਜਿਹੇ ਗੀਤਾਂ ਨੂੰ ਤੁਸੀਂ ਮਿਊਜ਼ਿਕ ਦਿੱਤਾ, ਮੀਨਿੰਗਫੁਲ ਗੀਤ ਨੇ, ਮੀਨਿੰਗਫੁਲ ਗੀਤਾਂ ਨੂੰ ਵੀ ਤੁਸੀਂ ਹਿੱਟ ਬਣਾਇਆ, ਸੋ ਇਹ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਮੈਂ ਕਹਿ ਸਕਦੀ ਇੱਥੇ ਮੈਂ ਰੁਕਣਾ ਚਾਹੁੰਗਾ। ਹੇ ਨਾ ਨਾ, ਮੈਂ ਮੇਰੇ ਤੋਂ ਬਣ ਗਏ ਉਹ, ਮੈਂ ਹਿੱਟ ਨਹੀਂ ਬਣਾਇਆ, ਸਾਨੂੰ ਆਪ ਨਹੀਂ ਪਤਾ ਸੀ ਇਹ ਹਿੱਟ ਜਾਣੇ ਸਹੀ ਜਾਣੇ, ਬਟ ਅਸੀਂ ਸੀਗੇ ਬਸ ਆਪਣੇ ਵੱਲੋਂ ਆਪਣੇ ਦਿਲੋਂ ਕੰਮ ਕੀਤਾ, ਬਾਕੀ ਬਾਬੇ ਵੱਲੋਂ ਚੰਗਾ ਬਣ ਗਿਆ ਨਹੀਂ ਬਣਿਆ, ਮੈਨੂੰ ਇਦਾਂ ਲੱਗਦਾ। ਆਈ ਥਿੰਕ ਇਹੋ ਜਿਹੀ ਵਧੀਆ ਵਧੀਆ ਗੀਤ ਹੋਰ ਸਾਡੇ ਸਰੋਤਿਆਂ ਲਈ ਤੇ ਸਾਡੇ ਲਿਸਨਰਸ ਦੇ ਲਈ ਲੈ ਕੇ ਆਉਂਦੇ ਰਹੋ, ਬਣਦੇ ਰਹਿਣ ਬਸ। ਹਾਂਜੀ ਹਾਂਜੀ, ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਗੁਰਮੋ। ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸੀਗੇ ਜੀ ਗੁਰਮੋ, ਮਿਊਜ਼ਿਕ ਪ੍ਰੋਡਿਊਸਰ, ਜਿਨ੍ਹਾਂ ਨੇ ਬਹੁਤ ਹੀ ਵਧੀਆ ਗੀਤ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮਿਊਜ਼ਿਕ ਦਿੱਤਾ। ਜੇ ਤੁਸੀਂ ਇੰਟਰਵਿਊ ਨੂੰ ਮਿਸ ਕਰ ਗਏ ਹੋ, ਤੁਸੀਂ ਰੈਡ ਐਫਐਮ ਦੇ ਫੇਸਬੁੱਕ ਪੇਜ 'ਤੇ ਜਾ ਕੇ ਦੁਬਾਰਾ ਇਸ ਇੰਟਰਵਿਊ ਨੂੰ ਦੇਖ ਸਕਦੇ ਹੋ। ਰੈਡ ਐਫਐਮ।